शामिल कर रहे हैं राना नुमान अली हजर शाह के मौजा रकड़ में बेवा खातून और इसके मसूर बच्चों, बच्चों की ज़मीन पर बासर मुलमान का कब्ज़ा बेवा खातून का वजरअली पंजाब से इंसाफ का मुतालबा हजर शाह मुकीम के मौजा रकड़ में मेहनत कश बेवा और ज़मीन पर बासर मुलजमान और नंबरदार ने मिलकर कब्ज़ा कर लिया बेवा ख़ातून खुर्शीद बेबी और मासूर बच्चों ने कहा है कि नूर हसन इसमायल ख़ ख़ुदाब्श मूसा और अब्दुलवाद नंबरदार ने हमारी उन्नीस मरलाम की ज़मीन पर कब्ज़ा कर लिया है ज़मीन मेन रोड

ਅਸਮੈਲ ਦੇ ਨੂਰ ਅਸਲ ਤੇ ਮਮਦ ਮੂਸਾ ਤੇ ਵਾਦ ਬਸ਼ ਕੁਲੰਬਰਦਾਰ ਤੇ ਯਾਸੀਨ ਚੋਜ ਤੇ ਮਰਾਤਬਲੀ ਚੋਜ ਇਹਨਾਂ ਨੇ ਜ਼ਮੀਨ ਤੇ ਸਟੇ ਲੱਗਾ ਤੇ ਮੈਂ ਮਜ਼ਦੂਰ ਆਦਮੀ ਆ ਮਜ਼ਲੂਮ ਆ ਮੈਂ ਕੁਸ਼ਿਆਤ ਬੀਬੀ ਮੇਰਾ ਨਾਂ ਹੈ ਮੇਰਾ ਸਹੀਂ ਮੈਂ ਵਿਵਾਹ ਮੇਰਾ ਸਹੀਂ ਪੋਤ ਹੈ ਮੇਰੇ ਮਜ਼ਦੂਰ ਬੱਚੇ ਨੇ ਮੈਨੂੰ ਬੜਾ ਤੰਗ ਕੀਤਾ ਨੇ 4 ਤਰੀਕ ਤੋਂ ਇਹਨਾਂ ਨੇ ਮੈਨੂੰ ਧੱਕੇ ਮਾਰੇ ਨੇ ਉੱਥੇ ਮੇਰੇ ਬੁਰੇ ਹਾਲ ਇਹਨਾਂ ਨੇ ਕੀਤੇ ਮੇਰੀ ਜ਼ਮੀਨ ਦੇ ਵਿੱਚ ਛਿੱਕਿਆ ਨੇ ਮੈਨੂੰ ਪੁਲਿਸ ਆਇਆ ਨੇ ਆ ਕੇ ਮਾਈ ਤਾਂ ਨਹੀਂ ਚੱਟਣਾ ਅਸੀਂ ਤੂੰ ਜਾਂਦੀ ਰਹੇ ਤੇਰੇ ਚੋਲਟ ਪਰਚਾ ਕਰਾ ਦਿਆਂਗੇ ਅਸੀਂ ਤੂੰ ਇੱਥੋਂ ਨਿਕਲ ਜਾ ਤੇਰਾ ਇੱਥੇ ਕੀ ਕੰਮ ਹੈ ਬੈੰਦਾ ਮੈਂ ਕਿਹਾ ਮੇਰੀ ਜ਼ਮੀਨ ਹੈ ਮੈਂ ਉਹਨਾਂ ਨੂੰ ਬੜੇ ਆਤਮਿੰਤਾ ਕੀਤੀਆਂ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਉਹਨਾਂ ਨੇ ਮੇਰੇ ਪੁੱਤਰ ਉਹਦੇ ਨੂੰ ਰੋਟੀ ਨਹੀਂ ਪੈ ਵਿਚਾਰਾ ਖਾਂਦਾ ਸਾਡੇ ਬੜੇ ਮੰਦੇ ਹਾਲ ਕੀਤੇ ਨੇ ਉਹਨਾਂ ਨੇ ਇਹ ਨੂਰ ਹਸਨ ਤੇ ਅਸਮੈਲ ਤੇ ਬਾਦ ਬਸ਼ਕ ਤੇ ਮੂਸਾ ਇਹਨਾਂ ਨੇ ਸਾਡੇ ਨਾਲ ਜ਼ੁਲਮ ਕਰਵਾਇਆ ਸਿੰਘਾਂ ਵਾਲੇ ਸਾਡੇ ਅੱਗੇ ਕੀਤੇ ਨੇ ਜਿਹੜੇ ਸਾਨੂੰ ਮਾਰਦੇ ਪੈਣ ਸਿੰਘ ਜੀ ਮੇਰਾ ਨਾਮ ਯਾਸਮੀਨ ਮੇਰੇ ਬਾਲਤਾ ਨਾਮ ਸਜਵਾਰਾ ਰੱਕੜ ਚ ਅਸੀਂ ਰਹਨੇ ਆ ਤੇ ਸਾਡੇ ਕੋਲ ਇਹਨਾਂ ਨੇ ਨੂਰ ਹਸਨ ਨੇ ਤੇ ਦੂਸਰਾ ਨੂਰ ਅਸਨ ਨੇ ਤੇ ਇਸਮਾਇਲ ਨੇ ਤੇ ਮੂਸੇ ਨੇ ਤੇ ਬਾਦ ਬਸ਼ਕ ਨੰਬਰਦਾਰ ਨੇ ਤੇ ਯਾਸਿੰਚੋਜ ਨੇ ਤੇ ਮਰਾਤਬ ਨੇ ਉਹਨਾਂ ਨੇ ਮਿਲ ਕੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਤੇ ਜਿਹੜੀ ਪੁਲਿਸ ਹੈ ਉਂਜਰੇ ਦੀ ਪੁਲਿਸ ਉਹ ਵੀ ਸਾਡਾ ਕੋਈ ਸਾਾਸ ਨਹੀਂ ਕਰ ਰਹੀ ਤੇ ਸਾਨੂੰ ਇਨਸਾਫ ਚਾਹੀਦਾ ਸੀ ਦੋ ਪੈਣ ਪਾਈਆਂ ਮਜ਼ਦੂਰ ਬਚਪਨ ਤੋਂ ਲੈ ਕੇ ਸੀ ਟੁਰ ਨਹੀਂ ਸਕਨੇ ਸਾਨੂੰ ਇਨਸਾਫ ਚਾਹੀਦਾ ਫਰਮ ਮਈਆ ਅਸੀਂ ਵਲਦ ਸਜਵਾਰਾ ਮੇਰਾ ਨਾਂ ਹੈ ਸਾਡੀ 17 ਮਰਲੇ ਜ਼ਮੀਨ ਸੀ 16 ਖੇਵਟ ਚ ਜਿਹੜੀ ਜ਼ਮੀਨ ਜਿਹੜੀ ਨਾ ਸਾਡੇ ਕੋਲ ਜ਼ਾਲਮਾਂ ਨੇ ਖੋ ਲਈਏ ਸਾਡੇ ਰਿਸ਼ਤੇਦਾਰ ਨੇ ਨੂਰ ਹਸਨ ਤੇ موسی ਤੇ ਅਬਦਲਵਾਹਦ ਨੰਬਰਦਾਰ ਉਹਨਾਂ ਨੇ ਆਪਦੀ ਸੇਲ ਕੀਤੀ ਤੇ ਕਬਜ਼ਾ ਨਾਲ ਸਾਡੀ ਦੇ ਕਰਾਇਤਾ ਨੇ ਪੁਲਿਸ ਨੂੰ ਸਾਡੇ ਕੋਲ ਸਟੇ ਮੌਜੂਦ ਸੀ ਪੁਲਿਸ ਨੂੰ ਅਸੀਂ 15 ਤੇ ਕਾਲ ਕਰਕੇ ਮੰਗਵਾਇਆ ਤੇ ਪੁਲਿਸ ਨੇ ਉਲਟਾ ਸਾਨੂੰ ਧੱਕੇ ਮਾਰੇ ਨੇ ਸਾਨੂੰ ਬਾਹਰ ਕੱਢਿਆ ਮੇਰੇ ਮਜ਼ਦੂਰ ਭੈਣ ਤੇ ਭਰਾ ਨੇ ਉਹਨਾਂ ਦੋਨੋਂ ਬਾਹਰ ਛੱਡ ਦਿੱਤਾ ਉਹਨਾਂ ਨੇ ਤੇ ਹਟਾ ਕੇ ਉਲਟਾ ਜ਼ਮੀਨ ਤੇ ਕਬਜ਼ਾ ਕਰਾ ਕੇ ਚਲੇ ਗਏ ਨੇ ਸਾਨੂੰ ਲਿਆਦਾ ਇਨਸਾਫ ਦਿੱਤਾ ਜਾਵੇ ਅਸੀਂ ਬਹੁਤ ਜ਼ਲੀਲ ਆ ਇਸੇ ਜ਼ਮੀਨ ਤੇ ਅਸੀਂ ਗੁਜ਼ਰਬਸਰ ਕਰਨ ਵਾਲੇ ਸਾਂ ਤੇ ਮੇਰੀ والدہ ਨੂੰ ਤੇ ਅਸੀਂ ਦੋ ਚੱਲਣ ਫਿਰਨ ਨਾਲ ਸੰਦੋਂ ਧਮਕੀਆਂ ਮੈਲੇ ਤੁਹਾਨੂੰ ਜਾਨੋ ਮਾਰ ਦੇਾਂਗੇ ਛੱਡਣਾ ਨਹੀਂ ਦਾਂ ਸੀ ਇਹ ਸਾਡਾ ਜ਼ੁਲਮ ਹੋ ਰਿਹਾ ਜੀ ਗੁਜਰਾ ਸ਼ਾਮ ਕੀ ਮੌਜ ਰੱਕੜ ਦਾ ਮੈਰਾ ਸ਼ੀਆ ਸਾਡਾ ਬਹੁਤ ਜ਼ਿਆਤੀ ਹੋ ਰਹੀ ਹੈ ਤੇ ਮੇਰੇ ਭਾਈ ਨੂੰ ਤੱਕੇ ਮਾਰ ਮਾਰ ਕੇ ਛੇਕ ਤੋਂ ਨਾਲ ਸੜਕ ਤੇ ਕੱਢਿਆ ਮਲਕ ਅਕਰਮ ਐਸਆਈ ਜਿਹੜਾ 15 ਤੇ ਹੈ ਉਹਨਾਂ ਨੇ ਸਾਡੇ ਉਲਟਾ ਸਾਨੂੰ ਮੇਰੀ والدہ ਨੂੰ ਤੱਕੇ ਮਾਰ ਮੇਰੀ والدہ ਨੂੰ ਕਹਿੰਦਾ ਮਾਈ ਇਥੋਂ ਨਿਕਲ ਤੈਨੂੰ ਅਸੀਂ ਚਟਣਾ ਹੈ ਇਸ ਤਰ੍ਹਾਂ ਕਰਕੇ ਸਾਨੂੰ ਉਥੋਂ ਬਾਹਰ ਕੱਢ ਦਿੱਤਾ ਤੇ ਜ਼ਮੀਨ ਸਾਡੀ ਤੇ ਕਬਜ਼ਾ ਕਰ ਲਿੱਤਾ ਨੇ